ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ MLA ਮੰਤਰੀ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ ਅਤੇ ਹੁਣ ਇੱਕ ਹੋਰ ਆਮ ਆਦਮੀ ਪਾਰਟੀ ਦੇ MLA ਅਤੇ ਪੰਜਾਬ ਲੈਵਲ ਦੇ ਚੇਅਰਮੈਨ ਦੇ ਉੱਪਰ ਲੱਖਾਂ ਰੁਪਇਆਂ ਦੇ ਘਪਲੇ ਦੇ ਇਲਜ਼ਾਮ ਲੱਗ ਗਏ। ਇਹ ਜਿਹੜੇ ਤੁਸੀਂ ਇਲਜ਼ਾਮ ਲਾਏ ਹੈ, ਮਨਜਿੰਦਰ ਸਿੰਘ ਲਾਲਪੁਰਾ MLA ਖਡੂਰ ਸਾਹਿਬ, ਜਿਹੜੇ ਕਿ ਪਹਿਲਾਂ SSP ਗੁਰਮੀਤ ਚੌਹਾਨ ਹੋਰਾਂ ਦੇ ਨਾਲ ਵਿਵਾਦ ਦੇ ਵਿੱਚ ਘਿਰ ਗਏ ਸੀਗੇ, ਕਿਰਤ ਜੀ ਤੁਹਾਡੇ ਇਹਨਾਂ ਸਾਰੇ ਇਲਜ਼ਾਮਾਂ ਨੂੰ MLA ਜਿਹੜੇ ਲਾਲਪੁਰਾ ਨੇ ਉਹ ਨਕਾਰ ਰਹੇ ਨੇ। ਉਹ ਕਹਿੰਦੇ ਕਿ ਮੇਰੇ 'ਤੇ ਜੇ ਕੋਈ ਇਲਜ਼ਾਮ ਲਾਉਣਾ ਕਿ ਭਾਈ ਮੇਰੇ 'ਤੇ ਕੋਈ 15-20 ਕਰੋੜ ਦਾ ਲਾਓ, 80-90 ਕਰੋੜ ਦਾ ਲਾਓ, ਕਹਿੰਦੇ ਕਿ ਇਹ 80-85 ਲੱਖ ਦਾ ਇਲਜ਼ਾਮ ਲਾਈ ਜਾਂਦੇ, ਇਹ ਕੋਈ ਇਲਜ਼ਾਮ ਆ? ਇਹ ਕਹਿੰਦੇ ਕਿ MLA ਦੀ ਕੁਰਸੀ 'ਤੇ ਜੇ ਲਾਉਣਾ ਮੈਨੂੰ ਵੀ ਕਹਿੰਦੇ ਸਵਾਦ ਆਵੇ, ਮੇਰੇ 'ਤੇ ਕਰੋੜਾਂ ਦੇ ਇਲਜ਼ਾਮ ਲਾਓ। ਬਈ ਇਹਦੇ ਇਲਾਵਾ ਗੱਲ ਨੇ, ਆਪਣੇ ਜੀਜੇ ਦੀ ਫਰਮ 'ਚ 2.5 ਕਰੋੜ ਰੁਪਇਆ ਟ੍ਰਾਂਸਫਰ ਕੀਤਾ ਹੋਇਆ ਟੈਨਾਂ ਦਾ। ਅੱਛਾ, MLA ਜਿਹੜਾ MLA ਨੇ ਜਿਹੜਾ ਫਰੋਡ ਉਹਨਾਂ ਨੇ ਕੀਤਾ ਹੋਇਆ, ਜਿੱਥੇ ਉਹ ਪੂਰੀ ਤਰ੍ਹਾਂ ਫਸਦੇ ਆ, ਮੇਰੇ ਕੋਲ ਕਾਗਜ਼ ਹੈਗੇ, ਮੈਂ ਉਹਦੀ ਗੱਲ ਹੀ ਕਰਾਂਗਾ ਨਾ ਜੀ। ਹੁਣ ਇਹ ਬਹੁਤ ਅਮੀਰ ਹੋ ਗਏ ਨੇ, ਇਹਨਾਂ ਨੇ ਫੰਡ ਹੀ ਬੜਾ ਇਕੱਠਾ ਕਰ ਲਿਆ ਹੋਇਆ। ਇਹ ਮੇਰੇ ਵੀਰ ਕੋਲ 40 ਲੱਖ ਰੁਪਏ ਦੀ ਆਮਦਨ ਸੀ ਸਾਰੀ, ਜਦੋਂ ਇਹਨੇ 2022 ਦੇ ਵਿੱਚ ਐਫੀਡੇਵਿਟ ਭਰਿਆ ਹੋਇਆ, ਤੇ ਹੁਣ 90 ਲੱਖ ਰੁਪਏ ਨੂੰ ਵੀ ਕੁਛ ਨੀ ਸਮਝਦੇ, ਕਿਉਂ ਇਹਨੇ 2.5 ਸਾਲਾਂ 'ਚ ਪੈਸਾ ਹੀ ਜ਼ਿਆਦਾ ਇਕੱਠਾ ਕਰ ਲਿਆ। ਤੇ ਆਮ ਲੋਕਾਂ ਲਈ ਤਾਂ 10 ਰੁਪਏ 100 ਰੁਪਇਆ ਬਹੁਤ ਹੈ, ਸਾਡੇ ਵਰਗੇ ਲੋਕਾਂ ਲਈ ਤਾਂ 90 ਲੱਖ ਰੁਪਇਆ ਬਹੁਤ ਹੈ ਜੀ, ਪਰ ਇਹਦੇ ਕੋਲ ਹੁਣ 90 ਲੱਖ ਰੁਪਏ ਵੀ ਕੁਛ ਨੀ ਹੈਗਾ ਜੀ। ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੈਗੇ ਆ ਕਿ ਹਵਾ 'ਚ ਗੱਲਾਂ ਨੇ? ਮੇਰੇ ਕੋਲ ਪੁਖਤਾ ਸਬੂਤ ਨੇ, ਨਹੀਂ ਤਾਂ ਜੇ ਮੇਰੇ ਕੋਲ ਸਬੂਤ ਨੀ, ਇਹਨਾਂ ਦੀ ਸਰਕਾਰ ਹੈ ਮੇਰੇ ਤੇ ਪਰਚਾ ਕਰਾਉਣ ਕਿ ਮੈਂ ਇਹਨਾਂ ਨੂੰ ਬਦਨਾਮ ਕੀਤਾ ਹੋਇਆ ਸੀ, ਨਹੀਂ ਤਾਂ ਲੋਕਾਂ ਸਾਹਮਣੇ ਦੱਸਣ ਵੀ ਆਹ ਕਾਗਜ਼ ਹੈਗੇ ਨੇ, ਜਿਹੜੀ GST ਦੀ ਗੱਲ ਕਰਦਾ, ਮੈਂ ਤੇ ਕਾਗਜ਼ ਦੇਣ ਦੀ ਲੋਕਾਂ ਨੂੰ। ਜੇ ਤੁਹਾਡੀ ਗੱਲ ਮੰਨ ਲਈ ਜਾਵੇ ਤਾਂ ਇਹ ਕਿਵੇਂ 85 ਲੱਖ ਰੁਪਏ ਦਾ ਗਬਨ ਕਰ ਗਏ? ਇਹਨਾਂ ਨੇ ਸਾਡੇ ਹਲਕੇ ਤੋਂ 15ਵੇਂ ਵਿੱਤ ਦਾ ਪੈਸਾ ਇੱਕ ਇਸ ਫੀਡ ਦੀ ਫੈਕਟਰੀ 'ਚ ਪਾ ਕੇ ਉਹਨਾਂ ਦੇ ਇੰਟਰਲੋਕ ਸੀਮੈਂਟ ਸਰੀਆ ਟਾਈਲਾਂ ਤੇ ਲੇਬਰ ਕੁਛ ਵਾਟਰ ਜਿਹੜੀਆਂ ਕੈਂਟੀਆਂ ਹੁੰਦੀਆਂ ਉਹਨਾਂ ਦੇ ਪੈਸਾ 88 ਲੱਖ ਦੇ ਕਰੀਬ ਸਾਡੇ ਚੁੱਲਾ ਬਲਾਕ, ਤਰਨ ਤਾਰਨ ਬਲਾਕ ਤੇ ਖਡੂਰ ਸਾਹਿਬ ਬਲਾਕ ਤੋਂ ਇਸ ਫਰਮ ਨੂੰ ਟ੍ਰਾਂਸਫਰ ਕੀਤਾ, ਜਦੋਂ ਕਿ ਨਾ ਇਹਨਾਂ ਕੋਲ GST ਹੈਗੀ ਆ। ਇਹ ਜਿਹੜੀ ਚੀਜ਼ ਖਰੀਦ ਬਣਾ ਨਹੀਂ ਸਕਦੇ, ਉਹ ਵੇਚ ਨਾ ਸਕਦੇ ਆ। ਜਿਹੜਾ ਇੱਥੇ ਇਹਨਾਂ ਨੇ ਆਪਣਾ ਪ੍ਰਿੰਸੀਪਲ ਦਫ਼ਤਰ ਦਿਖਾਇਆ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਉਹਦੇ 'ਚ ਖਸਰਾ ਨੰਬਰ 143 ਹੈ। ਉਹ ਜਿਹੜਾ ਖਸਰਾ ਨੰਬਰ 143 ਹੈ, ਉਹ ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਅਤੇ ਬਲਜੀਤ ਸਿੰਘ ਚੀਮਾ ਜਿਹੜਾ ਉਹਨਾਂ ਦੀ 12 ਮਰਲੇ ਜਗ੍ਹਾ ਸਾਂਝੀ ਹੈ, ਅਤੇ ਉਸ ਜਗ੍ਹਾ 'ਤੇ ਤੁਸੀਂ ਹੈਰਾਨ ਰਹੋਗੇ, ਮਤਲਬ ਕੋਈ ਫੈਕਟਰੀ ਨਹੀਂ ਹੈਗੀ ਜੀ, ਉੱਥੇ ਝੋਨਾ ਲੱਗਾ ਹੋਇਆ ਸੀ। ਅੱਛਾ, ਜਿਹੜੀ ਫੈਕਟਰੀ ਦਿਖਾ ਕੇ ਉਹਨਾਂ ਨੇ ਫਰਮ ਦੇ ਵਿੱਚ ਪੈਸੇ ਪਵਾ ਲਏ ਆ, ਅਕਾਊਂਟ 'ਚ ਪੈਸੇ ਪਵਾ ਲਏ, ਉੱਥੇ ਖਾਲੀ ਪਲਾਟ ਆ, ਉੱਥੇ ਕੋਈ ਫੈਕਟਰੀ ਨਹੀਂ ਹੈਗੀ? ਉੱਥੇ ਕੋਈ ਫੈਕਟਰੀ ਨਹੀਂ ਹੈਗੀ ਜੀ, ਉੱਥੇ ਝੋਨਾ ਲੱਗਾ ਹੋਇਆ। ਇੱਕ ਇਹਨਾਂ ਦਾ ਪਹਿਲਾਂ ਵੀ ਮਸਲਾ ਪੈ ਗਿਆ ਸੀ, ਇਸ MLA ਸਾਹਿਬ ਦਾ ਪਹਿਲਾਂ ਵੀ ਮਸਲਾ ਪੈ ਗਿਆ ਸੀ ਜਸਕੀਰਤ ਜੀ SSP ਗੁਰਮੀਤ ਚੌਹਾਨ ਦੇ ਨਾਲ। ਉਦੋਂ ਤੁਹਾਨੂੰ ਪਤਾ ਹੋਣਾ ਕਿ ਉਦੋਂ SSP ਬਦਲਿਆ ਗਿਆ ਸੀ, ਇਸ MLA ਦਾ ਕੁਝ ਨਹੀਂ ਵਿਗੜਿਆ, ਤੇ ਤੁਹਾਨੂੰ ਡਰ ਨਹੀਂ ਲੱਗਦਾ? ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ MLA ਮੰਤਰੀ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ, ਤੇ ਹੁਣ ਇੱਕ ਹੋਰ ਆਮ ਆਦਮੀ ਪਾਰਟੀ ਦੇ MLA ਅਤੇ ਪੰਜਾਬ ਲੈਵਲ ਦੇ ਚੇਅਰਮੈਨ ਦੇ ਉੱਪਰ ਲੱਖਾਂ ਰੁਪਇਆਂ ਦੇ ਘਪਲੇ ਦੇ ਇਲਜ਼ਾਮ ਲੱਗ ਗਏ ਨੇ। ਮਸਲਾ ਕੀ ਹੈ, MLA ਕਿਹੜਾ ਹੈ, ਔਰ ਚੇਅਰਮੈਨ ਕਿਹੜਾ ਹੈ, ਔਰ ਮਾਮਲਾ ਕੀ ਹੈ, ਇਹ 'ਤੇ ਗੱਲਬਾਤ ਜਿਹੜੀ ਅਸੀਂ ਕਰਨੀ ਹੈ। ਇਸ ਪੂਰੇ ਮਸਲੇ ਦੀ ਸ਼ਿਕਾਇਤ ਕਰਨ ਵਾਲੇ ਜਿਹੜੇ ਨੌਜਵਾਨ ਜਸਕੀਰਤ ਸਿੰਘ ਸਿੱਧੂ, ਉਹ ਸਾਡੇ ਨਾਲ ਮੌਜੂਦ ਨੇ, ਔਰ MLA ਕੀ ਕਹਿੰਦਾ ਉਹਦੇ 'ਤੇ ਵੀ ਗੱਲਬਾਤ ਕਰਨੀ ਹੈ, ਔਰ ਮਸਲਾ ਕੀ ਹੈ, ਘਪਲਾ ਕੀ ਹੈ, ਗੱਲਬਾਤ ਜਿਹੜੀ ਆ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਜਸਕੀਰਤ ਜੀ, ਸਵਾਗਤ ਹੈ ਤੁਹਾਡਾ ਰੋਜ਼ਾਨਾ ਲੋਕਨਾ TV 'ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਜਸਕੀਰਤ ਜੀ, ਸਿੱਧਾ ਹੀ ਮੈਂ ਆਉਣਾ ਮਸਲੇ 'ਤੇ। ਇਹ ਜਿਹੜੇ ਤੁਸੀਂ ਇਲਜ਼ਾਮ ਲਾਏ ਹੈ ਮਨਜਿੰਦਰ ਸਿੰਘ ਲਾਲਪੁਰਾ MLA ਖਡੂਰ ਸਾਹਿਬ, ਜਿਹੜੇ ਕਿ ਪਹਿਲਾਂ SSP ਗੁਰਮੀਤ ਚੌਹਾਨ ਹੋਰਾਂ ਦੇ ਨਾਲ ਵਿਵਾਦ ਦੇ ਵਿੱਚ ਘਿਰ ਗਏ ਸੀਗੇ,
ਉਹਨਾਂ ਦੇ ਉੱਪਰ ਇਲਜ਼ਾਮ ਲਾਇਆ ਇੱਕ ਵਾਟਰ ਰਿਸੋਰਸ ਮੈਨੇਜਮੈਂਟ ਦੇ ਚੇਅਰਮੈਨ ਪੰਜਾਬ ਦੇ ਰਣਜੀਤ ਸਿੰਘ ਚੀਮਾ ਔਰ ਉਹਨਾਂ ਦੇ ਭਰਾ ਬਲਜੀਤ ਸਿੰਘ ਚੀਮਾ ਦੇ ਉੱਪਰ ਤੁਸੀਂ ਲੱਖਾਂ ਰੁਪਇਆਂ ਦੇ 85 ਲੱਖ ਤੋਂ ਵੀ ਵੱਧ ਘਪਲੇ ਦੇ ਇਲਜ਼ਾਮ ਲਗਾ ਦਿੱਤੇ ਹੈ, ਸ਼ਿਕਾਇਤ ਕੀਤੀ ਹੈ। ਮਸਲਾ ਕੀ ਹੈ ਜੀ, ਇਹ ਪੂਰੀ ਕਹਾਣੀ ਕੀ ਹੈ, ਇਹ ਕਿਵੇਂ ਜੇ ਤੁਹਾਡੀ ਗੱਲ ਮੰਨ ਲਈ ਜਾਵੇ ਤਾਂ ਇਹ ਕਿਵੇਂ 85 ਲੱਖ ਰੁਪਏ ਦਾ ਗਬਨ ਕਰ ਗਏ? ਇਹਨਾਂ ਦੀ ਇੱਕ ਫੀਡ ਦੀ ਫੈਕਟਰੀ ਆ ਜਿਹੜੀ ਬਲਜੀਤ ਸਿੰਘ ਚੀਮਾ ਜਿਹੜੇ ਜਿਨ੍ਹਾਂ ਦਾ ਭਰਾ ਹੈਗਾ ਜੀ ਰਣਜੀਤ ਸਿੰਘ ਚੀਮਾ, ਚੇਅਰਮੈਨ ਵਾਟਰ ਰਿਸੋਰਸ ਮੈਨੇਜਮੈਂਟ ਪੰਜਾਬ ਜੀ, ਉਹਨਾਂ ਦੀ ਪੁਰਾਣੀ ਫੈਕਟਰੀ ਆ ਔਰ ਫੀਡ ਦੀ ਫੈਕਟਰੀ ਹੈਗੀ ਹਰੀਨਾਮ ਰੋਡ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ। ਔਰ ਇਹ ਜਿਹੜੀ ਫੀਡ ਦੀ ਫੈਕਟਰੀ ਆ ਇਹ GST ਦੇ ਕਾਨੂੰਨ ਤਹਿਤ ਇਹ ਸਿਰਫ ਫੀਡ ਦਾ ਕੰਮ ਕਰ ਸਕਦੀ ਹੈ ਜਾਂ ਇਹਦੇ ਵਿੱਚ ਕੁਛ ਡੇਅਰੀ ਪ੍ਰੋਡਕਟ ਨੇ ਉਹਨਾਂ ਦਾ ਕੰਮ ਕਰ ਸਕਦੇ ਆ। ਔਰ ਇਹਨਾਂ ਨੇ ਸਾਡੇ ਹਲਕੇ ਤੋਂ 15ਵੇਂ ਵਿੱਤ ਦਾ ਪੈਸਾ ਇੱਕ ਇਸ ਫੀਡ ਦੀ ਫੈਕਟਰੀ 'ਚ ਪਾ ਕੇ ਉਹਨਾਂ ਦੇ ਇੰਟਰਲੋਕ ਸੀਮੈਂਟ ਸਰੀਆ ਟਾਈਲਾਂ ਅਤੇ ਲੇਬਰ ਕੁਛ ਵਾਟਰ ਜਿਹੜੀਆਂ ਕੈਂਡੀਆਂ ਹੁੰਦੀਆਂ ਉਹਨਾਂ ਦੇ ਪੈਸਾ 88 ਲੱਖ ਦੇ ਕਰੀਬ ਸਾਡੇ ਚੁੱਲ੍ਹਾ ਬਲਾਕ, ਤਰਨ ਤਾਰਨ ਬਲਾਕ ਅਤੇ ਖਡੂਰ ਸਾਹਿਬ ਬਲਾਕ ਤੋਂ ਇਸ ਫਰਮ ਨੂੰ ਟ੍ਰਾਂਸਫਰ ਕੀਤਾ ਹੈ। ਜਦੋਂ ਕਿ ਨਾ ਇਹਨਾਂ ਕੋਲ GST ਹੈਗੀ ਹੈ, ਇਹ ਜਿਹੜੀ ਚੀਜ਼ ਖਰੀਦ ਬਣਾ ਨਹੀਂ ਸਕਦੇ ਉਹ ਵੇਚ ਕਿੱਦਾਂ ਸਕਦੇ ਆ। ਔਰ ਇਸ ਤੋਂ ਬਾਅਦ ਇਹਨਾਂ ਨੇ ਇੱਕ ਪ੍ਰਿੰਸੀਪਲ, ਤੁਹਾਡੇ ਕਹਿਣ ਦਾ ਭਾਵ ਇਹਨਾਂ ਨੇ ਸਰਕਾਰੀ ਟੈਂਡਰ ਲੈ ਲਿਆ ਜੀ ਪੰਚਾਇਤ ਦਾ ਕੰਮ ਕਰਨ ਵਾਸਤੇ? ਨਹੀਂ, ਟੈਂਡਰ ਨਹੀਂ ਲਿਆ ਜੀ, ਇਹਨਾਂ ਨੇ ਫੰਡ ਨੂੰ ਖੁਰਦ ਬੁਰਦ ਕਰ ਲਈ, ਸਾਰਾ ਕੁਛ ਫੀਡ ਦੀ ਫੈਕਟਰੀ 'ਚ ਪਾਇਆ, ਕਿਉਂ ਫੀਡ ਦੀ ਫੈਕਟਰੀ ਜਿਹੜੀ GST ਫ੍ਰੀ ਹੁੰਦੀ ਆ ਜੀ। ਔਰ ਫੀਡ ਦੀ ਫੈਕਟਰੀ ਦੇ ਵਿੱਚ ਨਾ ਤਾਂ ਇਹ ਟੈਲਾਂ ਦੇ ਸਕਦੇ ਆ, ਨਾ ਇਹ ਸੀਮੈਂਟ ਦੇ ਸਕਦੇ ਆ, ਨਾ ਇਹ ਰੇਤਾ ਬਜਰੀ ਦਾ ਕੰਮ ਕਰ ਸਕਦੇ ਆ। ਉਹ ਸਿਰਫ ਇਹਨਾਂ ਖੁਰਦ ਬੁਰਦ ਕਰ ਲਈ ਪੈਸੇ ਫੀਡ ਦੀ ਫੈਕਟਰੀ 'ਚ ਟ੍ਰਾਂਸਫਰ ਕੀਤੇ ਨੇ। ਨਹੀਂ, ਉਹ ਪੈਸੇ ਕਿਹਦੇ ਸੀਗੇ, ਪੈਸੇ ਕਿਹਦੇ ਸੀ ਉਹ? ਪੈਸੇ 15ਵੇਂ ਵਿੱਤ ਦੀ ਜਿਹੜੀ ਗ੍ਰਾਂਟ ਆਉਂਦੀ ਨਾ ਜੀ ਸੈਂਟਰ ਵੱਲੋਂ ਪਿੰਡਾਂ ਦੇ ਵਿਕਾਸ ਦੀ, ਉਹਨਾਂ ਦੇ ਪੈਸੇ ਨੇ। ਆਹੋ ਸਰਕਾਰੀ ਪੈਸਾ ਇੱਕ ਪ੍ਰਾਈਵੇਟ ਫਰਮ ਕੰਪਨੀ ਦੇ ਵਿੱਚ ਪਾ ਦਿੱਤਾ ਗਿਆ ਜਿਹੜੀ ਕਿ ਚਾਰੇ ਦੀ ਤੁਸੀਂ ਦੱਸ ਰਹੇ ਹੋ। ਹਾਂਜੀ, ਉਹ ਚਾਰੇ ਵਾਲੀ ਫੈਕਟਰੀ ਜਿਹੜੀ ਉਹਦੇ ਵਿੱਚ ਪਾਇਆ ਗਿਆ ਤੇ ਉਹ ਫੈਕਟਰੀ ਬਲਜੀਤ ਸਿੰਘ ਚੀਮਾ ਦੇ ਨਾਂ ਤੇ ਆ। ਔਰ ਜਿਹੜਾ ਇੱਥੇ ਇਹਨਾਂ ਨੇ ਆਪਣਾ ਪ੍ਰਿੰਸੀਪਲ ਦਫ਼ਤਰ ਦਿਖਾਇਆ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਉਹਦੇ 'ਚ ਖਸਰਾ ਨੰਬਰ 143 ਹੈ, ਉਹ ਜਿਹੜਾ ਖਸਰਾ ਨੰਬਰ 143 ਹੈ ਉਹ ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਤੇ ਬਲਜੀਤ ਸਿੰਘ ਚੀਮਾ ਜਿਹੜਾ ਉਹਨਾਂ ਦੀ 12 ਮਰਲੇ ਜਗ੍ਹਾ ਸਾਂਝੀ ਹੈ ਤੇ ਉਸ ਜਗ੍ਹਾ ਤੇ ਤੁਸੀਂ ਹੈਰਾਨ ਰਹੋਗੇ, ਮਤਲਬ ਕੋਈ ਫੈਕਟਰੀ ਨਹੀਂ ਹੈਗੀ ਜੀ, ਉੱਥੇ ਝੋਨਾ ਲੱਗਾ ਹੋਇਆ ਜੀ। ਅੱਛਾ, ਜਿਹੜੀ ਫੈਕਟਰੀ ਦਿਖਾ ਕੇ ਉਹਨਾਂ ਨੇ ਫਰਮ ਦੇ ਵਿੱਚ ਪੈਸੇ ਪਵਾ ਲਏ ਆ, ਅਕਾਊਂਟ 'ਚ ਪੈਸੇ ਪਵਾ ਲਏ, ਉੱਥੇ ਖਾਲੀ ਪਲਾਟ ਆ, ਉੱਥੇ ਕੋਈ ਫੈਕਟਰੀ ਨਹੀਂ ਹੈਗੀ? ਉੱਥੇ ਕੋਈ ਫੈਕਟਰੀ ਨਹੀਂ ਹੈਗੀ ਜੀ, ਉੱਥੇ ਝੋਨਾ ਲੱਗਾ ਹੋਇਆ। ਅੱਛਾ, ਔਰ ਮੇਰੀ ਇੱਕ ਵੀਡੀਓ ਮੈਂ 7 ਤਰੀਕ ਨੂੰ ਫੇਸਬੁੱਕ ਤੇ ਲਾਈਵ ਹੋ ਕੇ ਲੋਕਾਂ ਦੇ ਸਾਹਮਣੇ ਆਪਣਾ ਰੱਖਿਆ ਸੀ, ਔਰ ਮੇਰੀ ਵੀਡੀਓ ਦੇ ਬਾਅਦ ਫੈਲਣ ਦੇ ਬਾਅਦ ਇਹਨਾਂ 11 ਤਰੀਕ ਨੂੰ ਆਪਣਾ ਜਿਹੜਾ GST ਹੈ ਉਹਦੇ ਵਿੱਚ ਅਮੈਂਡਮੈਂਟ ਕੀਤੀ ਹੋਈ ਹੈ ਜੀ। ਅੱਛਾ, ਮੈਂ MLA ਸਾਹਿਬ ਨੂੰ ਸੁਣ ਰਿਹਾ ਸੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਕੋਲੇ GST ਸਿਰਫ ਉਹਦੀ ਹੈ ਤੇ ਉਹ ਕਟਵਾ ਨਹੀਂ ਰਹੇ ਸੀ, ਮੈਂ MLA ਸਾਹਿਬ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿ ਉਹਨਾਂ ਨੇ GST ਦੇ ਵਿੱਚ ਵਾਧਾ ਕਰ ਲਿਆ ਸੀ। ਔਰ ਵਾਧਾ ਇਹਨਾਂ ਨੇ 11/9/2024 ਨੂੰ ਕੀਤਾ ਜੀ, ਵਾਧਾ ਜਿਹੜੀ ਬਾਅਦ ਚ ਕੀਤਾ, ਇਸ ਕੱਪੜੇ ਤੋਂ ਬਾਅਦ ਕੀਤਾ ਵਾਧਾ? ਹਾਂਜੀ, ਬਾਅਦ ਵਿੱਚ ਕੀਤਾ ਜਦੋਂ ਇਸ ਗੱਲ ਦਾ ਰੌਲਾ ਪੈ ਗਿਆ। ਅੱਛਾ, ਹੁਣ ਮੇਰੀ MLA ਸਾਹਿਬ ਨੂੰ ਵੀ ਬੇਨਤੀ ਹੈ, ਜਾਂ ਤਾਂ ਉਹ ਆਪਣਾ ਕੋਈ ਕਾਗਜ਼ ਦਿਖਾਉਂਦੇ ਵੀ ਆ ਵਾਧਾ ਸਾਡੇ ਕੋਲ ਪਹਿਲਾਂ ਦਾ ਹੈਗਾ, ਸਿਰਫ ਗੱਲਾਂ ਨਾਲ 11/9 ਨੂੰ ਮੇਰੇ ਕੋਲ ਪ੍ਰੂਫ ਹੈਗੇ, ਹੁਣ ਮੈਂ ਬਾਹਰ ਬੈਠਾ ਹੋਇਆ ਕਿ ਤੁਹਾਨੂੰ ਦਿਖਾ ਨਹੀਂ ਸਕਦਾ, ਪਰ GST ਔਨਲਾਈਨ ਹੈ,
ਤੁਸੀਂ ਆਨਲਾਈਨ ਚੈੱਕ ਕਰੋਗੇ GST ਪੋਰਟਲ ਦੇ ਵਿੱਚ, ਤੁਹਾਨੂੰ ਪਤਾ ਲੱਗ ਜਾਏਗਾ ਕਦੋਂ ਇਹਨਾਂ ਵਾਧਾ ਕੀਤਾ ਤੇ ਕੀ ਕੰਮ ਕਰ ਸਕਦੀ ਹੈ। ਔਰ ਇਹਨਾਂ ਨੇ ਸਾਰਾ ਪੈਸਾ ਹਲਕੇ ਦਾ ਗਬਨੀ ਕੀਤਾ ਹੋਇਆ ਜੀ। ਅੱਛਾ, ਇਹਨਾਂ ਦੀ MLA ਸਾਹਿਬ ਸਾਫ਼ ਕਹਿ ਰਹੇ ਨੇ ਵੀ ਮੇਰਾ ਬਲਜੀਤ ਸਿੰਘ ਟੀਮੇ ਨਾਲ ਰਿਸ਼ਤਾ ਹੈਗਾ ਵਾ, ਅਸੀਂ ਇਕੱਠੇ ਰਹਿੰਦੇ ਹਾਂ। ਔਰ ਇਹ ਉਹਦੇ ਤੋਂ MLA ਮਨਜਿੰਦਰ ਸਿੰਘ ਵੀ ਹੁਣ ਮੁੱਕਰ ਨਹੀਂ ਸਕਦਾ ਵੀ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਚਲੋ ਉਹ ਮੰਨਦੇ ਹੋਣਗੇ ਮਨਜਿੰਦਰ ਜੀ, ਇਹ ਸਾਰੇ ਮਾਫ਼ ਕਰਨਾ ਜਸਕੀਰਤ ਜੀ, ਤੁਹਾਡੇ ਇਹਨਾਂ ਸਾਰੇ ਇਲਜ਼ਾਮਾਂ ਨੂੰ MLA ਜਿਹੜੇ ਲਾਲਪੁਰਾ ਨੇ ਉਹ ਨਕਾਰ ਰਹੇ ਨੇ। ਉਹ ਕਹਿੰਦੇ ਕਿ ਮੇਰੇ 'ਤੇ ਜੇ ਕੋਈ ਇਲਜ਼ਾਮ ਲਾਉਣਾ ਕਿ ਭਾਈ ਮੇਰੇ 'ਤੇ ਕੋਈ 15-20 ਕਰੋੜ ਦਾ ਲਾਓ, 80-90 ਕਰੋੜ ਦਾ ਲਾਓ, ਕਹਿੰਦੇ ਕਿ ਇਹ 80-85 ਲੱਖ ਦਾ ਇਲਜ਼ਾਮ ਲਾਈ ਜਾਂਦੇ, ਇਹ ਕੋਈ ਇਲਜ਼ਾਮ? ਇਹ ਕਹਿੰਦੇ ਕਿ MLA ਦੀ ਕੁਰਸੀ 'ਤੇ ਜੇ ਲਾਉਣਾ ਮੈਨੂੰ ਵੀ ਕਹਿੰਦੇ ਸਵਾਦ ਆਵੇ, ਮੇਰੇ 'ਤੇ ਕਰੋੜਾਂ ਦੇ ਇਲਜ਼ਾਮ ਲਾਓ। ਬਈ ਇਹਦੇ ਇਲਾਵਾ ਉਹਨਾਂ ਨੇ ਆਪਣੇ ਜੀਜੇ ਦੀ ਫਰਮ 'ਚ 2.5-3 ਕਰੋੜ ਰੁਪਇਆ ਟ੍ਰਾਂਸਫਰ ਕੀਤਾ ਹੋਇਆ ਟੈਲਾਂ ਦਾ। ਅੱਛਾ, MLA ਨੇ ਜਿਹੜਾ MLA ਨੇ ਜਿਹੜਾ ਫਰੋਡ ਉਹਨਾਂ ਨੇ ਕੀਤਾ ਹੋਇਆ, ਜਿੱਥੋਂ ਪੂਰੀ ਤਰ੍ਹਾਂ ਫਸਦੇ ਆ, ਮੇਰੇ ਕੋਲ ਕਾਗਜ਼ ਹੈਗੇ ਆ, ਮੈਂ ਉਹਦੀ ਗੱਲ ਹੀ ਕਰਾਂਗਾ ਨਾ ਜੀ। ਬਾਕੀ ਹੁਣ ਇਹ ਬਹੁਤ ਅਮੀਰ ਹੋ ਗਏ ਨੇ, ਇਹਨਾਂ ਨੇ ਫੰਡ ਹੀ ਬੜਾ ਇਕੱਠਾ ਕਰ ਲਿਆ ਹੋਇਆ। ਇਹ ਮੇਰੇ ਵੀਰ ਕੋਲ 40 ਲੱਖ ਰੁਪਏ ਦੀ ਆਮਦਨ ਸੀ ਸਾਰੀ, ਜਦੋਂ ਇਹਨੇ 2022 ਦੇ ਵਿੱਚ ਐਫੀਡੇਵਿਟ ਭਰਿਆ ਹੋਇਆ, ਤੇ ਹੁਣ 90 ਲੱਖ ਰੁਪਏ ਨੂੰ ਵੀ ਕੁਛ ਨੀ ਸਮਝਦੇ, ਕਿਉਂ ਇਹਨੇ 2.5 ਸਾਲਾਂ ਚ ਪੈਸਾ ਹੀ ਜ਼ਿਆਦਾ ਇਕੱਠਾ ਕਰ ਲਿਆ। ਤੇ ਆਮ ਲੋਕਾਂ ਲਈ ਤਾਂ 10 ਰੁਪਏ 100 ਰੁਪਇਆ ਬਹੁਤ ਹੈ, ਸਾਡੇ ਵਰਗੇ ਲੋਕਾਂ ਲਈ ਤਾਂ 90 ਲੱਖ ਰੁਪਇਆ ਬਹੁਤ ਹੈ ਜੀ, ਪਰ ਇਹਦੇ ਕੋਲ ਹੁਣ 90 ਲੱਖ ਰੁਪਇਆ ਵੀ ਕੁਛ ਨੀ ਹੈਗਾ ਜੀ। ਬਿਲਕੁਲ, ਉਹ ਕਹਿ ਰਹੇ ਆ, ਕਹਿੰਦੇ ਕਿ ਮੈਂ ਨਕਾਰਦਾ ਇਹਨਾਂ ਇਲਜ਼ਾਮਾਂ ਨੂੰ, ਮੇਰੇ ਤੇ ਗਲਤ ਇਲਜ਼ਾਮ ਆ। ਔਰ ਕਹਿੰਦੇ ਕਿ ਕਰੋੜਾਂ ਦੇ ਇਲਜ਼ਾਮ ਲਾਓ ਜੇ ਲਾਉਣੇ ਤਾਂ। ਹੁਣ ਇਹ ਸ਼ਿਕਾਇਤ ਜਿਹੜੀ ਹੈ ਤੁਸੀਂ ਇਹਨਾਂ ਦੀ, ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੈਗੇ ਆ ਕਿ ਹਵਾ 'ਚ ਗੱਲਾਂ ਨੇ ਤੁਹਾਡੇ ਕੋਲ? ਮੇਰੇ ਕੋਲ ਪੁਖਤਾ ਸਬੂਤ ਹੈਗੇ ਨੇ, ਨਾ ਤਾਂ ਇਹ ਬਿੱਲ ਕੱਟ ਸਕਦੇ ਹੁਣ ਆਪਣਾ, ਆਪਣਾ ਬਿੱਲ ਕੱਟ ਸਕਦੇ ਜੀ ਹੁਣ ਪੁਰਾਣੀ ਡੇਟ ਦੇ ਵਿੱਚ, ਤੇ ਮੇਰੇ ਕੋਲ ਪੁਖਤਾ ਸਬੂਤ ਨੇ। ਨਹੀਂ ਤਾਂ ਜੇ ਮੇਰੇ ਕੋਲ ਸਬੂਤ ਨਹੀਂ, ਇਹਨਾਂ ਦੀ ਸਰਕਾਰ ਹੈ ਮੇਰੇ ਤੇ ਪਰਚਾ ਕਰਾਉਣ, ਮੈਂ ਇਹਨਾਂ ਨੂੰ ਬਦਨਾਮ ਕੀਤਾ ਹੋਇਆ ਜੀ, ਨਹੀਂ ਤਾਂ ਲੋਕਾਂ ਸਾਹਮਣੇ ਦੱਸਣ ਵੀ ਆਹ ਕਾਗਜ਼ ਹੈਗੇ ਨੇ ਜਿਹੜੀ GST ਦੀ ਗੱਲ ਕਰਦਾ, ਮੈਂ ਮੈਂ ਤੇ ਕਾਗਜ਼ ਦੇਣ ਦੀ ਲੋਕਾਂ ਨੂੰ ਜੀ। ਅੱਛਾ, ਉਹਨਾਂ ਕੋਲੇ ਕੋਈ ਹੈ ਨਹੀਂ। ਹੁਣ ਇਹ ਜਿਹੜੀ ਤੁਸੀਂ ਸ਼ਿਕਾਇਤ ਆ, ਉਹ ਤਾਂ ਤੁਹਾਡੇ ਸਾਰੇ ਇਲਜ਼ਾਮਾਂ ਨੂੰ ਨਕਾਰ ਰਹੇ ਨੇ, ਹੁਣ ਇਹਦੀ ਜਿਹੜੀ ਤੁਸੀਂ ਸ਼ਿਕਾਇਤ ਆ ਉਹ ਕਿੱਥੇ ਦਿੱਤੀ ਆ ਜੀ? ਕੀ ਵਿਜੀਲੈਂਸ ਨੂੰ ਦਿੱਤੀ ਆ ਜਾਂ ਮੁੱਖ ਮੰਤਰੀ ਦਫ਼ਤਰ ਦਿੱਤੀ ਹੈ? ਕਿਸ ਨੂੰ ਸ਼ਿਕਾਇਤ ਜਿਹੜੀ ਹੈ ਕੀਤੀ ਹੈ? ਇਹਦੀ ਜਿਹੜੀ ਸ਼ਿਕਾਇਤ ਹੈ ਜੀ, ਮੈਂ CM ਸਾਹਿਬ ਨੂੰ ਮੇਲ ਕੀਤੀ ਹੋਈ ਹੈ ਜੀ, ਤੇ ਮੇਰੀ ਜਿਹੜੀ ਮੇਲ ਹੈ ਉਹ ਮੈਨੂੰ ਉਹਨਾਂ CC ਰੱਖ ਕੇ ਤੇ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਮਾਰਕ ਕੀਤੀ ਹੋਈ ਹੈ, ਤੇ ਨਾਲ ਉੱਥੇ ਜਿਹੜਾ CM ਆਫਿਸ ਦਾ ਸੁਪਰਡੈਂਟ ਸਾਹਿਬ ਬੈਠਦੇ ਆ ਉਹਨਾਂ ਨੂੰ ਫੋਲੋ ਅਪ ਲਈ ਵੀ ਕਿਹਾ ਗਿਆ ਜੀ। ਹੁਣ ਮੇਰੀ ਜਿਹੜੀ ਸ਼ਿਕਾਇਤ ਉਹ CM ਸਾਹਿਬ ਨੇ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਭੇਜੀ ਹੈ ਜੀ। ਮਤਲਬ ਇਹ ਜਿਹੜੇ ਇਲਜ਼ਾਮ ਆ ਸਾਰੇ ਤੱਥਾਂ 'ਤੇ ਆਧਾਰਿਤ ਨੇ, ਔਰ ਜੇ ਇਹਦੇ 'ਚ ਮਤਲਬ ਸਹੀ ਤਰੀਕੇ ਦੀ ਜਾਂਚ ਹੁੰਦੀ ਹੈ ਤਾਂ ਫਿਰ ਤੁਸੀਂ ਮੰਨਦੇ ਹੋ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਜਿਵੇਂ ਸਰਕਾਰ ਹੈ ਇਹਨਾਂ ਦੀ MLA ਆ ਉਹ, ਅਤੇ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਨਿਰਪੱਖ ਤੌਰ 'ਤੇ ਜਾਂਚ ਕਰੂਗੀ? ਨਹੀਂ, ਮੈਨੂੰ ਆਸ ਹੈ ਜੀ CM ਸਾਹਿਬ 'ਤੇ, ਉਹਨਾਂ ਨੇ ਬੜਾ ਨਾਰਾ ਦਿੱਤਾ ਵੀ ਕੋਈ ਕਰਪਸ਼ਨ ਕਰਦਾ ਚਾਹੇ ਉਹ ਅਧਿਕਾਰੀ ਪ੍ਰਾਈਵੇਟ ਆਪਣਾ ਸਰਕਾਰੀ ਆ ਚਾਹੇ ਸਾਡਾ MLA ਆ, ਤੁਸੀਂ ਸਾਡੇ ਸਾਹਮਣੇ ਸ਼ਿਕਾਇਤ ਦਿਓ, ਅਸੀਂ ਕਾਰਵਾਈ ਕਰਾਂਗੇ, ਤੇ ਆਪਾਂ ਉਹਨਾਂ ਨੂੰ ਕਾਰਵਾਈ ਲਈ ਕਿਹਾ ਹੋਇਆ ਜੀ, ਆਪਾਂ ਪ੍ਰੂਫ ਦਿੱਤੇ ਹੋਏ ਆ, ਤੇ ਮੈਨੂੰ ਲੱਗਦਾ ਜੀ ਉਹ ਕਾਰਵਾਈ ਕਰਨਗੇ। ਬਾਕੀ ਜਿਹੜੀ ਗੱਲ ਹੈ ਜੀ, ਇਹ ਸਰਕਾਰ ਇਹਨਾਂ ਦੀ ਆ, ਉਹਦੇ ਵਿੱਚ ਦੇਖੋ ਜਿਹੜਾ ਆਨਲਾਈਨ ਬਿੱਲ ਹੈ GST ਦਾ, ਤੁਸੀਂ ਪੁਰਾਣੀ ਡੇਟ 'ਚ ਕਿਵੇਂ ਕੱਢ ਲਓਗੇ? ਹੁਣ ਆਪਣੀ ਖਾਨਾ ਪੂਰਤੀ ਕਰ ਲਈ, ਹੁਣ ਤੁਸੀਂ GST ਦੀ ਅਮੈਂਡਮੈਂਟ ਕੀਤੀ ਆ 11/9/2024 ਨੂੰ,
ਠੀਕ ਹੈ ਜੀ, ਉਦਣ ਮੈਂ ਮਾਲ ਖਰੀਦੂਗਾ, ਸੀਮੈਂਟ ਖਰੀਦੂਗਾ, ਫਿਰ ਮੈਂ ਟਾਇਰ ਬਣਾਵਾਂਗਾ, ਤੇ ਮੈਂ 11/9/2024 ਤੋਂ ਆਪਣਾ ਅੱਗੇ ਦਾ ਕੰਮ ਸ਼ੁਰੂ ਕਰ ਸਕਦਾ ਵਾਂ, ਪਰ ਮੈਂ ਪਿੱਛੇ ਦੀ ਖਰੀਦ ਤੇ ਸੇਲ ਕਿੱਦਾਂ ਦਿਖਾਵਾਂਗਾ ਜੀ? ਥੋੜਾ ਜਿਹਾ ਦੁਬਾਰਾ ਜਸਕੀਰਤ ਜੀ ਮੈਂ ਆਉਣਾ ਚਾਹੁੰਦਾ, ਥੋੜਾ ਜਿਹਾ ਦੁਬਾਰਾ ਸੌਖੇ ਸ਼ਬਦਾਂ ਦੇ ਵਿੱਚ, ਤਾਂ ਜੋ ਪਿੰਡਾਂ ਵਾਲਿਆਂ ਨੂੰ ਪਤਾ ਲੱਗ ਜੇ, ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਤਾ ਲੱਗ ਜੇ ਕਿ ਮਸਲਾ ਕੀ ਹੈ, ਥੋੜਾ ਜਿਹਾ ਸੌਖੇ ਸ਼ਬਦਾਂ 'ਚ ਦੁਬਾਰਾ ਸਮਝਾ ਦਿਓ ਕਿ ਇਹਨਾਂ ਨੇ ਕੱਪੜਾ ਕੀਤਾ ਕਿਵੇਂ ਅਤੇ ਕੀਤਾ ਕੀ? ਆਸਾਨ ਸ਼ਬਦਾਂ 'ਚ ਇਹ ਆ ਜੀ, ਇਹਨਾਂ ਨੇ ਪਹਿਲਾਂ ਜਿਹੜੇ ਟੈਲਾਂ ਦੇ ਪੈਸੇ ਪਾਉਂਦੇ ਸੀ ਨਾ ਜੀ ਕਿਸੇ ਫੈਕਟਰੀ 'ਚ, ਉਹਨਾਂ ਕੋਲ ਪੈਸੇ ਵਾਪਸ ਲੈਂਦੇ ਸੀ, ਕਿਸੇ ਨੂੰ 4 ਲੱਖ ਪਾ ਤਾ, ਫਿਰ ਫੈਕਟਰੀ ਵਾਲੇ ਤੋਂ ਵਾਪਸ ਪੈਸਾ ਲੈ ਲਿਆ, ਕੰਮ ਕੋਈ ਨਹੀਂ ਕਰਾਇਆ ਜੀ। ਅੱਛਾ, ਉਹ ਪੈਸਾ ਫਿਰ ਇਹਨਾਂ ਨੇ ਹੁਣ ਫੀਡ ਦੀ ਫੈਕਟਰੀ 'ਚ ਟ੍ਰਾਂਸਫਰ ਕੀਤਾ ਸੀ, ਕਿਉਂਕਿ ਉੱਥੇ GST ਨਹੀਂ ਹੈਗੀ, ਇਹ ਕਿਤੇ ਬਾਹਰੋਂ ਪੈਸਾ ਵਾਪਸ ਲੈਂਦੇ ਸੀ, ਫਿਰ ਇਹਨਾਂ ਨੂੰ 18% GST ਵੀ ਨਾਲ ਦੇਣਾ ਪੈਂਦਾ ਸੀ। ਅੱਛਾ, ਹੁਣ ਇਹਨਾਂ ਨੇ ਆਪਣੀ ਫਰਮ 'ਚ ਪੈਸਾ ਟ੍ਰਾਂਸਫਰ ਕਰਕੇ ਇੱਕ ਨਾ GST ਦਾ ਗਬਨ ਕੀਤਾ, ਬਾਕੀ ਸਾਰੇ ਪੈਸੇ ਦਾ ਵੀ ਕੀਤਾ ਜੀ। 90 ਲੱਖ ਰੁਪਏ ਦਾ ਗਬਨ, ਜਿਹੜਾ ਮਤਲਬ ਸਿੱਧੀ ਭਾਸ਼ਾ 'ਚ ਸਾਡੇ ਹਲਕੇ ਦਾ, ਇਹਨੇ ਜਿਹੜੇ ਮੇਰੇ ਕੋਲ ਕਾਗਜ਼ ਹੈ ਉਹਦਾ ਕੀਤਾ ਜੀ। ਮਤਲਬ ਸਰਕਾਰ, ਮਤਲਬ ਤੁਹਾਡੇ ਕਹਿਣ ਦਾ ਭਾਵ ਵੀ ਲੋਕਾਂ ਨਾਲ ਤਾਂ MLA ਨੇ ਤੇ ਉਹਨਾਂ ਨੇ ਰਲ ਕੇ ਧੋਖਾ ਕੀਤਾ ਕੀਤਾ, ਸਰਕਾਰ ਦੇ ਨਾਲ ਵੀ ਧੋਖਾ ਕੀਤਾ, ਯਾਨੀ GST ਵੀ ਚੋਰੀ ਕਰ ਰਹੇ ਨੇ ਤੁਹਾਡੇ ਇਲਜ਼ਾਮ ਨੇ? ਇਹਦੀ ਜਾਂਚ ਹੋ ਜੇ ਤੇ ਉਹ ਕਪੜਾ ਮੇਰੇ ਖਿਆਲ ਨਾਲ 4 ਕਰੋੜ ਤੋਂ ਵੀ ਪਲੱਸ ਨਿਕਲੇਗਾ ਜੀ। ਮੇਰੇ ਕੋਲ ਕਾਗਜ਼ ਇਹਨੇ ਨੇ ਕਰੋੜ ਰੁਪਏ ਦੇ ਨੇ, ਪਰ ਜੇ ਉਹਦੀ ਚੰਗੀ ਤਰ੍ਹਾਂ ਜਾਂਚ ਹੋ ਜੇ ਤਾਂ 4-5 ਕਰੋੜ ਦਾ ਕਪੜਾ ਨਿਕਲੇਗਾ ਜੀ। ਮਤਲਬ ਤੁਹਾਡੇ ਕੋਲ ਤਾਂ ਮਸਲਾ ਇੱਕ ਹੈ, ਜੇ ਚੰਗੀ ਤਰੀਕੇ ਨਾਲ ਜਾਂਚ ਹੋ ਜੇ ਤੁਹਾਡੇ ਕਹਿਣ ਦਾ ਭਾਵ ਵੀ ਮਸਲੇ ਹੋਰ ਵੀ ਨਿਕਲ ਆਉਣਗੇ। ਬਿਲਕੁਲ ਜੀ, ਹੋਰ ਵੀ ਨਿਕਲਣਗੇ ਜੀ। ਇੱਕ ਇਹਨਾਂ ਦਾ ਪਹਿਲਾਂ ਵੀ ਮਸਲਾ ਪੈ ਗਿਆ ਸੀ ਇਸ MLA ਸਾਹਿਬ ਦਾ, ਪਹਿਲਾਂ ਵੀ ਮਸਲਾ ਪੈ ਗਿਆ ਸੀ ਜਸਕੀਰਤ ਜੀ SSP ਗੁਰਮੀਤ ਚੌਹਾਨ ਦੇ ਨਾਲ, ਉਦੋਂ ਤੁਹਾਨੂੰ ਪਤਾ ਹੋਣਾ ਕਿ ਉਦੋਂ SSP ਬਦਲਿਆ ਗਿਆ ਸੀ, ਇਸ MLA ਦਾ ਕੁਝ ਨਹੀਂ ਵਿਗੜਿਆ, ਅਤੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਇਹ ਤੁਹਾਡਾ MLA ਕੁਝ ਨਾ ਕੁਝ ਐਂ ਹੁੰਦਾ ਨਾ ਵੀ ਪਾਵਰ ਹੁੰਦੀ ਹੈ, ਜਦੋਂ MLA ਦੀ ਪਾਵਰ ਹੁੰਦੀ ਹੈ ਅਤੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਡਰ ਨਹੀਂ ਲੱਗਦਾ ਕਿਸੇ ਚੀਜ਼ ਤੋਂ? ਨਹੀਂ ਜੀ, ਕੋਈ ਗੱਲ ਨਹੀਂ, ਹੁਣ ਜਦੋਂ ਚੱਲੇ ਹਾਂ ਕੋਈ ਗੱਲ ਨਹੀਂ, ਡਰ ਵੱਧ ਤੋਂ ਵੱਧ ਪਰਚੇ ਹੋਣਗੇ, ਕੋਈ ਗੱਲ ਨਹੀਂ, ਆਪਾਂ ਜਦੋਂ ਚੱਲੇ ਹਾਂ ਆਪਾਂ ਨੂੰ ਅੱਗੇ ਵਾਲੇ ਰਿਜ਼ਲਟ ਦੀ ਕੋਈ ਪਰਵਾਹ ਨਹੀਂ। ਪਰ ਜਿਹੜਾ ਇਹ ਬੰਦਾ ਰੋਜ਼ ਦਿਹਾੜੀ ਆਪਣੇ ਹਲਕੇ 'ਚ ਜਾ ਕੇ ਲੋਕਾਂ ਨੂੰ ਕਹਿੰਦਾ ਵੀ ਮੈਂ ਰੁਪਈਆ ਨਹੀਂ ਖਾਂਦਾ, ਮੈਂ ਬਹੁਤ ਇਮਾਨਦਾਰ ਹਾਂ, ਮੇਰਾ ਮਕਸਦ ਇਹਨੂੰ ਲੋਕਾਂ 'ਚ ਨੰਗਾ ਕਰਨਾ ਵੀ ਇਹ ਵੀ ਚੋਰ ਜੇ, ਇਹ ਵੀ ਤੁਹਾਡੇ ਨਾਲ ਠੱਗੀਆਂ ਮਾਰ ਰਿਹਾ, ਤੁਹਾਡਾ ਲੁੱਟ ਖੋਹ ਕਰ ਰਿਹਾ, ਤੁਹਾਡਾ ਪੈਸਾ ਖਾ ਰਿਹਾ, ਇਹ ਇਮਾਨਦਾਰ ਨਹੀਂ ਹੈਗਾ। ਨਹੀਂ, ਪਰਚਾ ਤੁਹਾਡੇ 'ਤੇ ਕਿਉਂ ਹੋਊ ਜੇ ਤੁਸੀਂ ਸੱਚ ਬੋਲਦੇ ਹੋ? ਪਰਚਾ ਕਿਉਂ ਹੋਊ? ਕੀ ਹੋਰ ਸੱਚ ਬੋਲਣ ਵਾਲਿਆਂ 'ਤੇ ਵੀ ਤੁਹਾਡੇ ਹਲਕੇ 'ਚ ਇਸ ਤਰੀਕੇ ਨਾਲ ਨਜਾਇਜ਼ ਪਰਚੇ ਦਿੱਤੇ ਜਾ ਰਹੇ? ਹਾਂ ਜੀ, ਪਹਿਲਾਂ ਕਈਆਂ ਦੇ ਸਾਡੇ ਪਿੰਡ ਹੀ ਪਰਚੇ ਹੋਏ ਜੀ, ਕੋਈ ਛੱਪੀਏ ਛੁਪੀਰੇ ਹੋਏ ਆ, ਚਲੋ ਨਜਾਇਜ਼ ਹੋਏ, ਉਹਨਾਂ ਨੇ ਆਪਸੀ ਹਾਂ ਨਜਾਇਜ਼ ਹੋਏ ਜੀ ਪਰਚੇ ਕੀ ਦੇ ਕਹਿਣ ਤੇ, ਉਹ MLA ਸਾਹਿਬ ਦੇ ਕਹਿਣ ਤੇ ਬਿਨਾਂ ਦੇ ਹਲਕੇ 'ਚੋਂ, ਤੁਹਾਨੂੰ ਪਤਾ ਜੀ ਪਤਾ ਨਹੀਂ ਹੁੰਦਾ। ਅੱਛਾ, ਹੋਰ ਕੌਣ ਕਰਵਾ ਸਕਦਾ ਜੀ? ਥਾਣੇ 'ਚ SHO ਇਹਨਾਂ ਦੇ ਲੱਗਦੇ, DSP ਇਹਨਾਂ ਦੇ ਲੱਗਦੇ ਆ। ਇਹ ਜਿਹੜਾ ਪਹਿਲਾਂ SSP ਸਾਹਿਬ ਦੇ ਨਾਲ ਪੰਗਾ ਪੈ ਗਿਆ ਸੀ, ਉਹ ਮਾਈਨਿੰਗ ਵਾਲਾ ਮਸਲਾ ਸੀ, ਉਹ ਕੀ ਸੀ, ਤੁਹਾਡੇ ਹੈ ਜਾਣਕਾਰੀ? ਨਹੀਂ, ਉਹਦੇ ਬਾਰੇ ਨਹੀਂ ਮੈਨੂੰ ਇੰਨਾ ਨਹੀਂ ਪਤਾ, ਪਰ ਉਹ SSP ਸਾਹਿਬ ਬਹੁਤ ਇਮਾਨਦਾਰ ਵਿਅਕਤੀ ਸੀ, ਇੱਕ ਵਾਰੀ ਮੇਰੇ ਤੇ ਪਰਚਾ ਕਰਵਾ ਰਿਹਾ ਸੀ ਪਹਿਲਾਂ ਵੀ। ਅੱਛਾ, ਤੇ ਮੈਂ ਉਹਨਾਂ ਕੋਲ ਗਿਆ ਸੀ ਤੇ ਉਦੋਂ ਉਹਨਾਂ ਨੇ ਉੱਥੇ ਸੰਬੰਧਿਤ SHO ਨੂੰ ਵੀ ਕਿਹਾ ਸੀ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਤੇ ਉਹ ਤੋਂ ਬਾਅਦ ਮਤਲਬ ਬੇਹੱਦ ਇਮਾਨਦਾਰ ਵਿਅਕਤੀ ਸੀ ਉਹ। ਇਹਨਾਂ ਦੇ ਜਿਹੜੇ ਕਾਲੇ ਧੰਦੇ ਆ ਉਹ ਉਹਨਾਂ ਹੁੰਦਿਆਂ ਚੱਲਦੇ ਨਹੀਂ ਸੀ, ਫਿਰ ਉਹਨਾਂ ਨੇ ਜਦੋਂ ਇਹਨਾਂ ਦੀ ਮਾਈਨਿੰਗ ਫੜੀ ਇਹਨਾਂ ਬਦਲਾਇਆ, ਉਹ ਤੋਂ ਬਾਅਦ ਫਿਰ ਚੱਲਦੀ ਰਹੀ ਮਾਈਨਿੰਗ ਜੀ, ਫਿਰ ਚੱਲਦਾ ਰਿਹਾ ਜੀ ਉਹ। ਇਹਨਾਂ ਨੇ SSP ਸਾਹਿਬ ਬਿਲਕੁਲ ਉੱਥੇ ਸਹੀ ਸੀ। ਓਕੇ ਓਕੇ ਓਕੇ, ਤੇ ਹੁਣ ਕੀ ਮੰਗ ਕਰਦੇ ਹੋ? ਕੀ ਲੱਗਦਾ ਕਿ ਇਹ ਜਾਂਚ ਜਿਹੜੀ ਉਹਨਾਂ ਜਿਹਨਾਂ ਨੂੰ ਸੌਂਪੀ ਗਈ ਆ ਉਹ ਨਿਰਪੱਖ ਜਾਂਚ ਕਰਨਗੇ,
ਜਾਂ ਕਿਸੇ ਕੇਂਦਰੀ ਏਜੰਸੀ ਨੂੰ ਜਾਂਚ ਦੇਣੀ ਚਾਹੀਦੀ ਹੈ ਜਾਂ ਕੋਈ ਹੋਰ ਮਸਲੇ ਦੀ, ਤੁਸੀਂ ਕੀ ਮੰਗ ਕਰਦੇ ਹੋ? ਮੈਨੂੰ ਆਸ ਹੈ ਜੀ ਸੀਐਮ ਸਾਹਿਬ ਦੇ ਉਹ ਜਿਹੜੇ ਥੱਲੇ ਵਾਲੇ ਬੰਦੇ ਨੇ ਉਹਨਾਂ ਦੀ ਨੌਲੇਜ ਤੋਂ ਬਿਨਾਂ ਬਹੁਤ ਇਹਨਾਂ ਨੇ ਹਲਕਿਆਂ ਦੇ ਵਿੱਚ ਦਹਿਸ਼ਤ ਪਾਈ ਹੋਈ ਆ, ਲੋਕਾਂ ਦੀ ਲੁੱਟ ਘਸੁੱਟ ਕਰ ਰਹੇ ਨੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਆਪਾਂ ਨੂੰ ਉੱਥੋਂ ਜਿਹੜੀ ਆਪਣੀ ਜਾਂਚ ਹੈ ਹੋਊਗੀ, ਜੇ ਨਹੀਂ ਹੋਊਗੀ ਤਾਂ ਫਿਰ ਆਪਾਂ ਜਿੱਥੇ ਜਾਣਾ ਪਿਆ, ਕੋਰਟ ਜਾਣਾ ਪਿਆ, ਜਿੱਥੇ ਜਾਣਾ ਪਿਆ ਆਪਾਂ ਜਾਵਾਂਗੇ। ਚਲੋ, ਯਾਨੀ ਤੁਸੀਂ ਇਹ ਸਾਰੇ ਸਬੂਤ ਤੁਹਾਡੇ ਕੋਲ ਜਿਹੜੇ ਮੌਜੂਦ ਹੈਗੇ ਆ? ਹਾਂਜੀ ਬਿਲਕੁਲ ਜੀ। ਚਲੋ, MLA ਸਾਹਿਬ ਉਧਰੋਂ ਸਾਰੇ ਦੋਸ਼ ਤੁਹਾਡੇ ਨਕਾਰ ਰਹੇ ਨੇ, ਇਹ ਵੀ ਗੱਲ ਮੈਂ ਪੱਖ MLA ਸਾਹਿਬ ਦਾ ਵੀ ਇਸ ਇੰਟਰਵਿਊ ਦੇ ਵਿੱਚ ਰੱਖ ਦੇਵਾਂ ਕਿ ਉਹਨਾਂ ਨੇ ਇੱਕ ਚੈਨਲ, ਨਿੱਜੀ ਚੈਨਲ ਦੇ ਇੰਟਰਵਿਊ ਦਿੰਦੇ ਆ, ਸਾਰੇ ਦੋਸ਼ ਤੁਹਾਡੇ ਨਕਾਰੇ ਹੈ ਔਰ ਉਹਨਾਂ ਨੇ ਕਿਹਾ ਕਿ GST ਵੀ ਵਧਾਈ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਇਲਜ਼ਾਮ ਵੀ ਛੋਟੇ ਆ, ਮੇਰੇ 'ਤੇ ਵੱਡੇ ਇਲਜ਼ਾਮ ਲਾਓ, ਉਹਨਾਂ ਨੇ ਨਕਾਰ ਦਿੱਤੇ ਆ ਤੁਹਾਡੇ ਇਲਜ਼ਾਮ। ਭਾਅ ਜੀ ਮੈਂ ਕਹਿੰਦਾ ਜੀ ਯਾਰ ਤੁਹਾਡੀ ਇੰਟਰਵਿਊ ਤੋਂ ਬਾਅਦ ਵੀ ਜਾਣੀ ਹੈ ਸਾਰੀ ਗੱਲ, ਜੇ ਹੁਣ ਵੀ ਉਹਨਾਂ ਕੋਈ ਡਾਕੂਮੈਂਟ ਹੋਵੇ GST ਅਮੈਂਡਮੈਂਟ ਹੋਈ ਦਾ ਪਿਛਲੇ ਮਹੀਨੇ, ਉਹ ਲਿਆ ਕੇ ਤੇ ਡਿਪਾਰਟਮੈਂਟ ਨੂੰ ਦੇਣ ਤੇ ਮੇਰੀ ਇਨਕੁਆਇਰੀ ਕਰਾਉਣ ਤੇ ਇਹਨੇ ਸਾਨੂੰ ਬਦਨਾਮ ਕੀਤਾ ਤੇ ਮੇਰੇ ਤੇ ਕੋਈ ਕਾਰਵਾਈ ਕਰਾਉਣ, ਜੇ ਉਹਨਾਂ ਕੋਈ ਡਾਕੂਮੈਂਟ ਹੈਗਾ ਐਵੇਂ ਮੈਂ ਐਲੀਗੇਸ਼ਨ ਲਾ ਰਿਹਾ, ਮੇਰੇ ਕੋਈ ਸਬੂਤ ਹੈ, ਮੇਰੇ ਕੋਲ ਪ੍ਰੂਫ ਹੈ, ਮੈਂ ਤੱਥ ਦੇ ਆਧਾਰ ਤੇ ਗੱਲ ਕਰ ਰਿਹਾ, ਤਾਂ ਹੀ ਲਾ ਰਿਹਾ। ਜੇ ਉਹਨਾਂ ਨੇ ਦੋਸ਼ਾਂ ਨੂੰ ਨਕਾਰਨਾ ਤੇ ਉਹ ਆਪਣੇ ਡਾਕੂਮੈਂਟ ਦੇਣ ਵੀ ਆਹ ਦੇਖੋ ਅਸੀਂ ਸੱਚੇ ਹਾਂ ਜੀ। ਹੁਣ ਜਦੋਂ ਜਿਹੜੇ ਇਨਵੈਸਟੀਗੇਸ਼ਨ ਕਰਨ ਵਾਲੇ ਲੋਕ ਨੇ, ਅਫਸਰ ਨੇ, ਜਦੋਂ ਤੁਹਾਨੂੰ ਸੱਦਣਗੇ ਤਾਂ ਤੁਸੀਂ ਪੂਰੇ ਸਾਰੇ ਸਬੂਤ ਉਹਨਾਂ ਨੂੰ ਸੌਂਪ ਦਿਓਗੇ? ਬਿਲਕੁਲ ਜੀ, ਮੇਰੇ ਕੋਲ ਸਾਰੇ ਹੈਗੇ, ਮੈਂ ਇਕੱਲਾ ਇਕੱਲਾ ਡਾਕੂਮੈਂਟ ਦੇਵਾਂਗਾ ਜੀ ਉਹਨਾਂ ਨੂੰ। ਚਲੋ ਜਸਕੀਰਤ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣੀ ਗੱਲ ਰੱਖੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਜਸਕੀਰਤ ਸਿੰਘ ਸਿੱਧੂ, ਜਿਨ੍ਹਾਂ ਦੇ ਵੱਲੋਂ MLA ਦੇ ਉੱਪਰ, ਇੱਕ ਚੇਅਰਮੈਨ ਦੇ ਉੱਪਰ ਗੰਭੀਰ ਇਲਜ਼ਾਮ ਜਿਹੜੇ ਲਗਾਏ ਗਏ ਆ, ਔਰ ਬਹੁਤ ਗੰਭੀਰ ਇਲਜ਼ਾਮ ਹੈਗੇ ਆ, ਹਾਲਾਂਕਿ ਲੱਖਾਂ ਦੇ ਇਲਜ਼ਾਮ ਨੇ, ਪਰ MLA ਸਾਹਿਬ ਕਹਿੰਦੇ ਆ ਕਿ ਜੇ ਇਲਜ਼ਾਮ ਲਾਉਣੇ ਆ ਤਾਂ ਮੇਰੇ 'ਤੇ ਕਰੋੜਾਂ ਦੇ ਲਾਏ ਜਾਣ। ਇਹ ਉਧਰੋਂ MLA ਸਾਹਿਬ ਜਿਹੜੇ ਆ ਉਹ ਦੋਸ਼ ਨਕਾਰ ਰਹੇ ਨੇ ਕਿ ਇਹ ਦੋਸ਼ ਸੱਚੇ ਨਹੀਂ ਨੇ, ਇਹ ਕਹਿ ਰਹੇ ਨੇ ਕਿ ਭਾਈ ਇਹ ਦੋਸ਼ ਜਿਹੜੇ ਆ ਉਹ ਸਾਰੇ ਸੱਚੇ ਨੇ, ਮੇਰੇ ਕੋਲ ਸਬੂਤ ਨੇ, ਅਤੇ ਜੇ ਮੈਂ ਗਲਤ ਇਲਜ਼ਾਮ ਲਾ ਰਿਹਾ ਤਾਂ ਮੇਰੇ ਉੱਪਰ ਸਰਕਾਰ ਇਹਨਾਂ ਦੀ ਉਹ ਪਰਚਾ ਦਰਜ ਕਰ ਸਕਦੇ ਆ। ਤਾਂ ਦੇਖਦੇ ਹਾਂ ਕਿ ਜਿਹੜੀ ਇਹ ਇਨਵੈਸਟੀਗੇਸ਼ਨ ਚੱਲੀ ਹੈ ਕੀ ਇਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲ ਕੇ ਸਾਹਮਣੇ ਆਉਂਦਾ। ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ, ਦੁਬਾਰਾ ਫਿਰ ਬਣਾ ਕੇ ਧੰਨਵਾਦ।